अमरीका च होण वालियां राष्ट्रपति चोणां तों पहलां जो बाइडन नवीं इमीग्रेशन पॉलिसी नूं लै के वड्डा ऐलान करन वाले ने, जिस नाल हुण तक बिना किसी वैध स्थिति दे देश च रह रहे लखां प्रवासियां नूं राहत मिल सकती है ते उहनां नूं अमरीकी नागरिकता मिलण दा रस्ता साफ हो सकता है। जी हाँ, अमरीका दे विच वसण वाले लोकां दे लई इह वड्डी खबर है, खुशखबरी है। इस कदम नूं महीने दी शुरुआत च सरहद ते उहनां वल्लों अपनाई गई हमलावर नीति नूं संतुलित करन दी कोशिश वजों देखिया जा रहा है। उहनां दे इस रुख ने कई डेमोक्रेटिक संसद मैंबरां नूं नाराज़ भी कर दिता है। अमरीकी राष्ट्रपति दफ्तर व्हाइट हाउस ने बीते दिन ऐलान किया कि बाइडन प्रशासन आने वाले महीनों दे विच कानूनी स्थिति दे बिना रह रहे अमरीकी नागरिकां दे कुछ जीवन साथियों नूं स्थाई निवास ਅਤੇ ਨਾਗਰਿਕਤਾ ਲਈ ਅਰਜ਼ੀ ਕਰਨ ਦੀ ਮਨਜ਼ੂਰੀ ਦੇਵੇਗਾ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਇਸ ਕਦਮ ਨਾਲ 5 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਲਾਭ ਹੋ ਸਕਦਾ ਹੈ। ਅਜਿਹੇ 'ਚ ਬਾਈਡਨ ਦੀ ਨਵੀਂ ਨੀਤੀ ਉਹਨਾਂ ਲੋਕਾਂ ਨੂੰ ਦੇਸ਼ ਨਿਕਾਲਾਂ ਤੋਂ ਬਚਾਏਗੀ ਅਤੇ ਉਹਨਾਂ ਨੂੰ ਉੱਥੇ ਕੰਮ ਕਰਨ ਦੀ ਵੀ ਮਨਜ਼ੂਰੀ ਦੇਵੇਗੀ, ਜਿਸ ਨਾਲ ਉਹਨਾਂ ਨੂੰ ਨਾਗਰਿਕਤਾ ਮਿਲਣ ਦੀਆਂ ਸੰਭਾਵਨਾਵਾਂ ਬਣ ਜਾਣਗੀਆਂ। ਅਮਰੀਕੀ ਮੀਡੀਆ ਅਨੁਸਾਰ ਅਮਰੀਕੀ ਨਾਗਰਿਕਾਂ ਨੂੰ ਗੈਰ ਕਾਨੂੰਨੀ ਜੀਵਨ ਸਾਥੀਆਂ ਦੀਆਂ ਸੁਰੱਖਿਆ ਲਈ ਇੱਕ ਆਦੇਸ਼ ਪਾਸ ਕੀਤਾ ਜਾ ਸਕਦਾ ਹੈ, ਜਿਸ ਨਾਲ ਕਰੀਬ 5 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ 'ਤੇ ਪ੍ਰਭਾਵ ਪੈਣ ਦੀ ਉਮੀਦ ਹੈ। ਇਸ ਆਦੇਸ਼ 'ਚ ਕੁਝ ਮਹੱਤਵਪੂਰਨ ਐਲਾਨ ਕੀਤੇ ਜਾ ਸਕਦੇ ਨੇ, ਜਿਵੇਂ ਜੋ ਗੈਰ ਕਾਨੂੰਨੀ ਰੂਪ ਦੇ ਨਾਲ ਉੱਥੇ ਰਹਿ ਰਹੇ ਨੇ ਪਰ ਉਹਨਾਂ ਨੇ ਅਮਰੀਕੀ ਨਾਗਰਿਕਾਂ ਦੇ ਨਾਲ ਵਿਆਹ ਕੀਤਾ, ਅਜਿਹੇ ਲੋਕਾਂ 'ਤੇ ਹੁਣ ਉੱਥੋਂ ਜਾਣ ਦਾ ਖਤਰਾ ਨਹੀਂ ਰਹੇਗਾ, ਉਹ ਆਪਣੇ ਪਰਿਵਾਰਾਂ ਨਾਲ ਅਮਰੀਕਾ ਦੇ ਵਿੱਚ ਰਹਿ ਸਕਣਗੇ। ਇਸ ਤੋਂ ਪਹਿਲਾਂ ਅਮਰੀਕੀ ਨਾਗਰਿਕ ਨਾਲ ਵਿਆਹ ਕਰਨ 'ਤੇ ਪ੍ਰਵਾਸੀ ਅਮਰੀਕੀ ਨਾਗਰਿਕਤਾ ਪ੍ਰਾਪਤ ਹੁੰਦੀ ਸੀ, ਹਾਲਾਂਕਿ ਇਸ ਲਈ ਉਹਨਾਂ ਨੂੰ ਗ੍ਰੀਨ ਕਾਰਡ ਦਾ ਪ੍ਰੋਸੈਸ ਕੰਪਲੀਟ ਕਰਕੇ ਆਪਣੇ ਦੇਸ਼ ਪਰਤਣਾ ਪੈਂਦਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਨਵੀਂ ਪਾਲਿਸੀ ਦੇ ਅਧੀਨ ਪਰਿਵਾਰਾਂ ਨੂੰ ਕਾਨੂੰਨੀ ਦਰਜਾ ਪ੍ਰਾਪਤ ਕਰਨ ਦੇ ਆਦੇਸ਼ 'ਚ ਰਹਿਣ ਦੀ ਮਨਜ਼ੂਰੀ ਹੋਵੇਗੀ, ਨਾਲ ਹੀ ਇਹ ਪਤੀ ਪਤਨੀ ਵਰਕ ਪਰਮਿਟ ਦੇ ਲਈ ਯੋਗ ਹੋਣਗੇ। ਇਸ ਨਾਲ ਉਹ ਆਰਥਿਕ ਰੂਪ ਨਾਲ ਯੋਗਦਾਨ ਦੇ ਸਕਣਗੇ ਅਤੇ ਆਪਣੇ ਪਰਿਵਾਰਾਂ ਦੀ ਮਦਦ ਵੀ ਕਰ ਸਕਣਗੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।